ਸਾਦ ਨਾਲੇ ਜਿਹੜੇ ਨਾਂ ਦਾ ਜਿਹੜਾ ਤੇਰਾ ਮੈਥੇ ਹੋ ਸਰ ਜੀ ਇੱਥੇ ਖਲੋ ਗਿਆ ਨਾਂ ਗਿਆ ਨਹੀਂ ਸਰ ਮੈਂ ਨਾ ਕਾਗਜ਼ ਪੱਤਰ ਦਿਖਾ ਦਿਓ ਸਰ ਮੈਂ ਪੈਦੇ ਮੈਨੂੰ ਕਾਗਜ਼ ਪੱਤਰ ਦਿਖਾਓ ਜਾਨ ਦੋ ਸਰ ਜੀ ਮੈਂ ਆ ਸ਼੍ਰੀਮਾਨ ਜੀ ਆ ਸਾਈਡ ਤੇ ਕਰਕੇ ਲਾਓ ਜਾਨ ਦੋ ਯਾਰ ਮੇਰੇ ਵੀਰ ਲਾਓ ਇਹਦਾ ਜਾਨ ਦੋ ਯਾਰ ਜੀ ਇਹਦੇ ਡਾਕੂਮੈਂਟ ਦਿਖਾ ਦਿਓ ਮੈਨੂੰ ਮੁਲਾਜ਼ਮ ਦੇ ਕੱਲ ਗਿਓ ਪਿਆ ਨੂੰ ਸਰ ਸਰ ਅੰਨਾ ਨੇ ਮੈਨੂੰ ਗਾਲਾਂ ਕੱਢੀਆਂ ਤੇ ਮੇਰੇ ਹੱਥੀ ਪਏ ਉਹ ਤੇ ਆਏ ਮੇਰੇ ਸਾਹਮਣੇ ਸਰ ਉਧਰੋਂ ਆਏ ਆ ਮੈਂ ਉਹ ਤੇ ਮੇਰੇ ਨਾਲ ਆਏ ਉਹਨਾਂ ਕਿੱਥੋਂ ਗਾਲ ਕੱਢਦੀ ਮੈਂ ਚੱਲਿਆ ਹੀ ਨਹੀਂ ਸਰ ਮੈਂ ਚੱਲਿਆ ਨਹੀਂ ਮੈਨੂੰ ਡਾਕੂਮੈਂਟ ਰੋਕਿਆ ਨਾ ਨਜਾਇਜ਼ ਰੋਕਿਆ ਮੈਨੂੰ ਤੇਰਾ ਬੋਲੀ ਦਾ ਮਤਲਬ ਹੀ ਨਹੀਂ ਬਣਦਾ ਸਰ 2 ਮਿੰਟ ਸੁਣ ਗਾਲਾਂ ਭਾਈ ਹੁਣੀ ਪਹਿਲਾਂ ਪਾਇਆ ਹੀ ਦੇਖ ਆ ਗੱਲ ਪਏ ਸਰ ਮੈਂ ਨਜਾਇਜ਼ ਕੋ ਖਰੀਦੀ ਸਰ ਅਸੀਂ ਨੱਕ ਦੱਬਦੇ ਹੀ ਨਹੀਂ ਸਰ ਅਸੀਂ ਜਾਣਦੇ ਹੀ ਦੱਬਦੇ ਹੀ ਨਹੀਂ ਡਾਕੂਮੈਂਟ ਦਿਖਾ ਦੋ ਮੈਂ ਗੱਲ ਕਰਦਾ ਇੱਧਰ ਇਹ ਭਾਈ ਹੁਣੀ ਗਾਲੇ ਵੀਰ ਦੇ ਪਏ ਆ ਜੇ ਉਹ ਗਰੀਬ ਬੰਦਾ ਨਹੀਂ ਭਾਈ ਗਲਤ ਗੱਲ ਨਹੀਂ ਕਰਨੀ ਮੈਂ ਗਲਤ ਨਹੀਂ ਗੱਲ ਭਾਈ ਕਰਨੀ ਆ ਸਾਰੇ ਲੋਕ ਪਰ ਉਹ ਤੇ ਆਇਆ ਰੋਂਗ ਸਾਈਡ ਆ ਬਣਾਉਂਦੇ ਮੇਰੇ ਵੀਰ ਦੇ ਦਿਓ ਇਹਦਾ ਕਾਗਜ਼ ਪੱਤਰ ਦਿਓ ਕਿਉਂ ਚਲਾ ਰਹੇ ਜੇ ਫਿਰ 207 ਜੀ ਬੰਦ ਕਰਾਂਗਾ ਨਾ ਫਿਰ ਜੇ ਡਾਕੂਮੈਂਟ ਨਹੀਂ ਹੈਗੇ ਇੱਕ ਨੰਬਰ ਫੈਂਸ ਲਾਊਂਗਾ ਜੇ ਦਿਖਾ ਦਿਓਗਾ ਠੀਕ ਹੈ ਨਹੀਂ ਤੇ 207 ਜੀ ਬੰਦ ਹੋਏਗਾ ਜ਼ਰੂਰ ਤੇ ਮੋਟਰਸਾਈਕਲ ਤੇ ਲੱਗਦੇ ਢੋਲ ਆਇਆ ਤੇ ਦੋ ਘੰਟੇ ਟਾਈਮ ਦੋ ਦਿਨ ਚਲੋ ਘੰਟੇ ਟਾਈਮ ਦੋ ਯਾਰ ਓ ਨਹੀਂ ਮੋਟਰਸਾਈਕਲ ਤੇ ਲੈ ਨਾ ਮੇਰਾ ਚਲ ਐ ਰੁਕ ਮੋਟਰਸਾਈਕਲ ਤੇ ਲੱਗਾ ਆ ਬੋਲ ਤੇਰੇ ਗੜੀ ਭਰਾ ਹੱਥ ਜੋੜੇ ਤੇਰੇ ਗੜੀ ਭਰਾ ਨਾ ਯਾਰ ਦਿਹਾੜੀਦਾਰ ਬੰਦਾ ਭਰਾ ਮੈਂ ਦਿਹਾੜੀਦਾਰ ਬੰਦਾ ਭਰਾਵਾ ਮੈਂ ਤੂੰ ਜਮਾਟੋ ਕਰਦਾ ਭਰਾ ਮੈਂ ਵੀ ਖਾਣ ਕਰਦਾ ਵਾ ਜਾ ਜਾ ਉਹ ਕਾਗਜ਼ ਤੇ ਨਹੀਂ ਚਲਾਣਾ ਚਾਹ ਮੈਂ ਚਲਾਣਾ ਤੇ ਫਿਰ ਕੀ ਚਲਾ ਸਕਦੀ ਆ ਮੈਂ ਚਲਾ ਰਿਹਾ ਹਾਂ ਸ਼੍ਰੀਮਾਨ ਜੀ ਮੇਰਾ ਤੁਸੀਂ ਹਰਮੇਸ਼ ਕੁਮਾਰ ਨਾਮ ਜੀ ਸ਼੍ਰੀਮਾਨ ਜੀ ਮੈਂ ਨਾ ਇੱਧਰ ਗੱਡੀ ਆਪਣੇ ਰੋਂਗ ਸਾਈਡ ਲੈ ਕੇ ਜਾ ਰਿਹਾ ਜਮਾਟੋ ਵਾਲਾ ਨਾਵਲਟੀ ਚੌਂਕ ਮੇ ਠੀਕ ਹੈ ਤੇ ਮੈਂ ਜਾ ਕੇ ਤੇ ਮੈਨੂੰ ਰੋਕ ਕੇ ਤੇ ਮੈਂ ਕਿਹਾ ਵੀ ਪੈਸਾ ਤੁਸੀਂ ਨਾਵਲਟੀ ਚੌਂਕ ਤੋਂ ਰੋਂਗ ਸਾਈਡ ਗੱਲ ਹੀ ਜਾ ਰਿਹਾ ਇਹ ਤਾਂ ਕੋਈ ਨਹੀਂ ਮੈਨੂੰ ਵੱਧ ਘੱਟ ਬੋਲੇ ਨਾਲ ਗਾਲਾਂ ਕੱਢਣ ਲੱਗ ਪੈਸੇ ਕਿਉਂ ਜਿਹਨੂੰ ਮਰਜ਼ੀ ਲਾਇਆ ਜਾ ਕੇ ਇੱਧਰ ਨੂੰ ਜਾਣਾ ਲੰਘਣਾ ਤੇ ਮੈਂ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਮੈਨੂੰ ਚਾਬੀ ਨਹੀਂ ਕੱਢੀ ਮੇਰੇ ਅੱਗੇ ਹੱਥੀ ਪੈ ਗਿਆ ਗੱਲ ਮੈਂ ਫੜ ਲਿਆ ਗਲੋਂ ਫੜ ਲਿਆ ਬਾਅਦ ਫਿਰ ਤੋਂ ਇਹਨੇ ਦੂਜੇ ਬੰਦੇ ਨਾਲ ਜਾਣ ਕੇ ਉਹ ਵੀ ਅੱਗੇ ਰੌਲਾ ਪਾਉਣ ਲੱਗ ਪਿਆ ਨਾਲ ਹਾਂ ਪ੍ਰੈਸ਼ਰ ਬਣਾ ਲਾ ਫਿਰ ਮੈਂ ਨਾਲ ਦੇ ਆਪਣੇ ਜੋ ਆਪਣੇ ਏਸੇ ਨੂੰ ਫੋਨ ਕੀਤਾ ਫਿਰ ਉਹਨਾਂ ਜਾ ਕੇ ਉਹਨਾਂ ਨੂੰ ਲਿਆ ਕੇ ਆਏ ਨਾਲ ਸਾਹਿਬ
ਅਸੀਂ ਨਿਯਮ ਯਾਦ ਕਰਾਉਂਦੇ ਪਰ ਲੋਕੀ ਨਹੀਂ ਨਿਯਮ ਪਾਲਣਾ ਪੂਰੀ ਕਰਦੇ ਆਗੇ ਪਾਲਣਾ ਵਿਰੋਧ ਸਾਡੇ ਉੱਤੇ ਨਾਲ ਆਪਣੇ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕਰਦੇ ਆ ਅਸੀਂ ਇਹੋ ਹੀ ਮੰਗ ਕਰਦੇ ਪਏ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਜਿਹੜੇ ਰੌਂਗ ਸਾਈਡ ਜਾਂਦੇ ਪਏ ਇਹਨਾਂ ਨੂੰ ਆਪਣੇ ਆਪ ਹੀ ਸ਼ਰਮ ਹੋਣੀ ਚਾਹੀਦੀ ਬੰਦੇ ਪਏ ਅਸੀਂ ਰੌਂਗ ਸੁਣਨਾ ਨਾ ਜੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮੋਟਰਸਾਈਕਲ ਲਵਾ ਲਿਆ ਅਸੀਂ ਚਲਾਨ ਕਰਕੇ ਫਿਰ ਭੇਜਾਂਗੇ ਜੀ ਤਾਂ ਗੱਡੀ ਚਲਾਉਂਦਾ ਹੈ ਜਿੰਨੇ ਹੋਮ ਡਿਲੀਵਰੀ ਹੈ ਨਾ ਸਾਰੇ ਹੀ ਗੱਡੀ ਲੈ ਕੇ ਠੂੰ ਠੂੰ बंदे नु मारना है लोका ने तुसी आप हिसाब लाओ वो गरीब है चलो सारे गरीब है तेरा मतलब बंदे मार दोगे डिलीवरी वाले दी गलती है सारे डिलीवरी दी गल है जो भी आंदा है डिलीवरी करना सारे दा यही काम हैगा इत्थो भी वही हाल हैगा ठीक है डाकखाने कोल चले जा फड़ वाला चौक उत्थे भी वही हाल है जे डोमिन पिज्जा वाले हैगा उत्थे भी बड़ी स्पीड चलाना है गड्डी कोई रोक टोक नहीं तुसी गल सुनो भाजी मारे बंदे नु थोड़ी मार देना है किसी ने।